ਜੇ ਅੱਜ ਮੈਂ ਉਂਗਲਾਂ ਦੇ ਉੱਪਰ ਗਣਾਵਾਂ ਨਾ ਉਂਗਲਾਂ ਦੇ ਉੱਪਰ ਗਣਾਵਾਂ ਕਿੰਨਾ ਬਾਲੀਵੁੱਡ ਐਕਟਰ ਨਸ਼ਾ ਕਰ ਰਿਹਾ ਕੋਈ ਵਿਰਲਾ ਰਹਿ ਜਾਊਗਾ ਇੱਕੀ ਦੁੱਕੀ ਰਹਿ ਜਾਣਗੇ ਜਿਹੜੇ ਬੱਚੇ ਹੋਣਗੇ ਡਰੱਗਸ ਤੋਂ ਤੇ ਸਾਨੂੰ ਤੁਸੀਂ ਕਹਿੰਦੇ ਹੋ ਯਾਰ ਉੱਡਦਾ ਪੰਜਾਬ ਸਾਡੇ ਜਿਹੜੇ ਫਾਜੀ ਵੀਰ ਨੇ ਨਾ ਬੈਠੇ ਨੇ ਬਾਰਡਰਾਂ ਦੇ ਉੱਤੇ ਜੇ ਉਹ ਉਹ ਜਾਗਦੇ ਨੇ ਤਾਂ ਇਹ ਬਾਲੀਵੁੱਡ ਵਾਲੇ ਰੇਵ ਪਾਰਟੀਆਂ ਕਰਦੇ ਨੇ ਇਹ ਨੰਗੇ ਹੋ ਹੋ ਕੇ ਨੱਚਦੇ ਨੇ ਅੱਜ ਭਾਰਤੀ ਦੇ ਉੱਪਰ ਕਿਉਂ ਨਹੀਂ ਐਕਸ਼ਨ ਹੋ ਰਿਹਾ ਸਾਡੇ ਪੰਜਾਬ ਦੇ ਕਿੰਨੇ ਹੀ ਮੁੰਡੇ ਜੇਲ੍ਹਾਂ ਕੱਟ ਰਹੇ ਨੇ ਐਨ ਡੀ ਪੀ ਐਸ ਐਕਟ ਨਾਰਕੋਟਿਕਸ ਦੀ ਜਿਹੜੀ ਧਾਰਾ ਉਹਦੇ ਅਧੀਨ ਸਾਡੇ ਕਿੰਨੇ ਹੀ ਮੁੰਡੇ ਜੇਲ੍ਹਾਂ ਦੇ ਵਿੱਚ ਰੁੜ ਰਹੇ ਨੇ ਭਾਰਤੀ ਦੇ ਘਰੋਂ ਨਸ਼ਾ ਫੜਿਆ ਗਿਆ ਤੇ ਉੜਦਾ ਪੰਜਾਬ ਸਾਡਾ ਹੋ ਗਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਭਾਰਤੀ ਦੇ ਘਰੋਂ ਨਸ਼ਾ ਫੜਿਆ ਗਿਆ ਤੇ ਉੜਦਾ ਪੰਜਾਬ ਸਾਡਾ ਹੋ ਗਿਆ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਪੂਰੇ ਦੇ ਪੂਰੇ ਹਿੰਦੁਸਤਾਨ ਨੂੰ ਵੀ ਅੱਜ ਭਾਰਤੀ ਦੇ ਉੱਪਰ ਕਿਉਂ ਨਹੀਂ ਐਕਸ਼ਨ ਹੋ ਰਿਹਾ ਸਾਡੇ ਪੰਜਾਬ ਦੇ ਕਿੰਨੇ ਹੀ ਮੁੰਡੇ ਜੇਲ੍ਹਾਂ ਕੱਟ ਰਹੇ ਨੇ ਐਨ ਡੀ ਪੀ ਐਸ ਐਕਟ ਨਾਰਕੋਟਿਕਸ ਦੀ ਜਿਹੜੀ ਧਾਰਾ ਉਹਦੇ ਅਧੀਨ ਸਾਡੇ ਕਿੰਨੇ ਹੀ ਮੁੰਡੇ ਜੇਲ੍ਹਾਂ ਦੇ ਵਿੱਚ ਰੁੜ ਰਹੇ ਨੇ ਅਸੀਂ ਨਸ਼ਾ ਮੰਗਣ ਨਹੀਂ ਗਏ ਕਦੀ ਗੁਆਂਢੀ ਮੁਲਕਾਂ ਤੋਂ ਅਸੀਂ ਨਹੀਂ ਕਦੀ ਪਾਕਿਸਤਾਨ ਨੂੰ ਆਖਿਆ ਵੀ ਉਹ ਨਸ਼ਾ ਭੇਜ ਸਾਨੂੰ ਭੁੱਖ ਕਾਹਦੀ ਸੀ ਸਾਨੂੰ ਰੁਜ਼ਗਾਰ ਦੀ ਭੁੱਖ ਸੀ ਸਾਨੂੰ ਭੁੱਖ ਕਾਹਦੀ ਸੀ ਸਾਨੂੰ ਸਰੀਰ ਬਣਾਉਣ ਦੀ ਭੁੱਖ ਸੀ ਹੈ ਸਾਡਾ ਇਤਿਹਾਸ ਪੜ੍ਹ ਕੇ ਦੇਖ ਲਓ ਚਾਹੇ ਉਹ ਸਾਰਾ ਗੜੀ ਦੀ ਲੜਾਈ ਹੋਵੇ ਚਾਹੇ ਉਹ 1971 ਦੀ ਲੜਾਈ ਹੋਵੇ ਚਾਹੇ ਕੋਈ ਵੀ ਲੜਾਈ ਹੋਵੇ ਸਾਨੂੰ ਸਿਰਫ ਦੋ ਚੀਜ਼ਾਂ ਦੀ ਭੁੱਖ ਸੀ ਇੱਕ ਸਿਰਫ ਰੁਜ਼ਗਾਰ ਦੀ ਇੱਕ ਸਰੀਰ ਨੂੰ ਬਲ ਦੇਣ ਦੀ ਭੁੱਖ ਲੇਕਿਨ ਇੱਕ ਸ਼ੜਯੰਤਰ ਦੇ ਤਹਿਤ ਇਹ ਬਾਲੀਵੁੱਡ ਵਾਲਿਆਂ ਨੇ ਪਾਕਿਸਤਾਨ ਤੋਂ ਇਹ ਲੋਕਾਂ ਨੇ ਨਸ਼ਾ ਮੰਗਾਇਆ ਨਾ ਨਸ਼ੇ ਦੀ ਪੂਰਤੀ ਕਿੱਥੇ ਸਭ ਤੋਂ ਵੱਧ ਹੁੰਦੀ ਹੈ ਕਰੋੜਾਂ ਰੁਪਏ ਦੀ ਹੈਰੋਇਨ ਕਿੱਥੇ ਮੰਗਾਈ ਜਾਂਦੀ ਹੈ ਬਾਲੀਵੁੱਡ ਦੇ ਵਿੱਚ ਪੁਰਾਣੀਆਂ ਚੱਕ ਕੇ ਵੀਰੇ ਕੱਢ ਲਓ ਜਿਹੜੇ ਉੱਥੇ ਦੇ ਕਮਿਸ਼ਨਰ ਰਹੇ ਨੇ ਰਕੇਸ਼ ਮਾਰੀਆ ਸਾਹਿਬ ਕਮਿਸ਼ਨਰ ਰਹੇ ਨੇ ਬੜੇ ਵਧੀਆ ਕਮਿਸ਼ਨਰ ਰਹੇ ਨੇ ਮੈਂ ਪੜ੍ਹਦਾ ਰਿਹਾ ਉਹਨਾਂ ਬਾਰੇ ਦੇਖੋ ਕਿੰਨਾ ਨਸ਼ਾ ਉਹਨਾਂ ਨੇ ਫੜਿਆ ਕਿਹੜੇ ਕਿਹੜੇ ਲੋਕਾਂ ਤੋਂ ਫੜਿਆ ਇਹ ਤਾਂ ਸਿਰਫ ਇਹ ਕੁਛ ਕੁ ਲੋਕ ਨੇ ਜਿਹੜੇ ਅੱਗੇ ਆ ਕੇ ਇਹਨਾਂ ਦੇ ਪਿੱਛੇ ਵੱਡੇ ਵੱਡੇ ਚਿਹਰੇ ਬੈਠੇ ਨੇ ਇਹ ਲੋਕੀ ਦੇਣ ਨੇ ਜੇ ਅੱਜ ਮੈਂ ਉਂਗਲਾਂ ਦੇ ਉੱਪਰ ਗਣਾਵਾਂ ਨਾ ਉਂਗਲਾਂ ਦੇ ਉੱਪਰ ਗਣਾਵਾਂ ਕਿੰਨਾ ਬਾਲੀਵੁੱਡ ਐਕਟਰ ਨਸ਼ਾ ਕਰ ਰਿਹਾ ਕੋਈ ਵਿਰਲਾ ਰਹਿ ਜੂਗਾ ਇੱਕੀ ਦੁੱਕੀ ਰਹਿ ਜਾਣਗੇ ਜਿਹੜੇ ਬੱਚੇ ਹੋਣਗੇ ਡਰੱਗਸ ਤੋਂ ਤੇ ਸਾਨੂੰ ਤੁਸੀਂ ਕਹਿੰਦੇ ਹੋ ਯਾਰ ਉੜਦਾ ਪੰਜਾਬ ਬਾਈ ਜੀ ਜਦੋਂ ਕਦੀ ਲੜਾਈ ਹੁੰਦੀ ਹੈ ਨਾ ਤਾਂ ਸਭ ਤੋਂ ਪਹਿਲਾਂ ਪੰਜਾਬ ਅੱਗੇ ਖੜਦਾ ਅਸੀਂ ਇਹਨਾਂ ਨੂੰ ਸਿਕਿਓਰ ਕਰਦੇ ਹਾਂ ਸਾਡੇ ਜਿਹੜੇ ਫਾਜੀ ਵੀਰ ਨੇ ਨਾ ਬੈਠੇ ਨੇ ਬਾਰਡਰਾਂ ਦੇ ਉੱਤੇ ਜੇ ਉਹ ਜਾਗਦੇ ਨੇ ਤਾਂ ਇਹ ਬਾਲੀਵੁੱਡ ਵਾਲੇ ਰੇਵ ਪਾਰਟੀਆਂ ਕਰਦੇ ਨੇ ਇਹ ਨੰਗੇ ਹੋ ਹੋ ਕੇ ਨੱਚਦੇ ਨੇ ਇਹ ਗੱਲ ਕਹਿਣ 'ਚ ਮੈਨੂੰ ਕੋਈ ਸ਼ਰਮ ਨਹੀਂ ਹੈ ਕਿਉਂਕਿ ਇਹਨਾਂ ਲੋਕਾਂ ਦੀ ਬਦੌਲਤ ਸਾਡੀਆਂ ਧੀਆਂ ਭੈਣਾਂ ਅੱਜ ਟਿੱਕਟੌਕ ਦੇ ਉੱਪਰ ਨਚਾਰ ਬਣੀਆਂ ਹੋਈਆਂ ਨੇ ਜਿਨ੍ਹਾਂ ਨੇ ਆਪਣਾ ਸੱਭਿਆਚਾਰ ਬਚਾ ਕੇ ਰੱਖਣਾ ਸੀ ਨਾ ਉਹ ਸੱਭਿਆਚਾਰ ਲਟਾਉਣ ਵਾਲੇ ਸਭ ਤੋਂ ਵੱਡਾ ਬਾਲੀਵੁੱਡ ਹੈ ਇੱਕ ਮੈਂ ਮਹਾਰਾਸ਼ਟਰ ਵਾਲਿਆਂ ਦਾ ਭੁਲੇਖਾ ਦੂਰ ਕਰਦਾ ਬਾਈ ਜੀ ਜਿਹੜੇ ਤੁਸੀਂ ਮਹਾਰਾਸ਼ਟਰ ਵਾਲੇ ਮੇਰੇ ਵੀਰ ਹੋ ਅਸੀਂ ਮੈਂ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹਾਂ ਤੁਹਾਡਾ ਇਤਿਹਾਸ ਪੜ੍ਹ ਕੇ ਝਾਂਸੀ ਦੀ ਰਾਣੀ ਤਾਂਤੀਆਂ ਟੋਪੇ ਸਾਰਿਆਂ ਦਾ ਇਤਿਹਾਸ ਮੈਂ ਪੜ੍ਹਿਆ ਜਿੰਨੇ ਸੂਰਬੀਰ ਯੋਧੇ ਹੋਏ ਨੇ ਸਾਰਿਆਂ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ ਪਰ ਤੁਸੀਂ ਇੱਕ ਗੱਲ ਦੇਖੋ ਵੀ ਬਾਲੀਵੁੱਡ ਨੇ ਤੁਹਾਨੂੰ ਕੀ ਦਿੱਤਾ ਯਾਰ ਕਿਹੜੀ ਇੰਟਰਨੈਸ਼ਨਲ ਲੈਵਲ ਦੀ ਫਿਲਮ ਬਣੀ ਹੈ ਤੁਹਾਡੇ ਸੂਰਬੀਰ ਯੋਧੇ ਦੇ ਉੱਪਰ ਮੈਨੂੰ ਕੋਈ ਇੱਕ ਸਿੰਗਲ ਬੰਦਾ ਕਮੈਂਟ ਕਰਕੇ ਦੱਸ ਦਿਓ ਨਹੀਂ ਬਣੀ ਕਾਰਨ ਕੀ ਹੈ ਵੀਰ ਜੀ ਬਾਲੀਵੁੱਡ ਨੇ ਆ ਕੇ ਤੁਹਾਨੂੰ ਦੱਬ ਲਿੱਤਾ ਗਿਆ ਫਿਲਮਾਂ ਕਿਹੋ ਜਿਹੀਆਂ ਬਣ ਰਹੀਆਂ ਨੇ ਸ਼ੂਟ ਆਊਟ ਲੋਖੰਡਵਾਲਾ ਸ਼ੂਟ ਆਊਟ ਬਡਾਲਾ ਯਾਰ ਅਸੀਂ ਇਹਨਾਂ ਤੋਂ ਕੀ ਲੈਣਾ ਸੀ ਗੈਂਗਸਟਰ ਲਾਈਫ ਨੂੰ ਪੈਦਾ ਕਰਨ ਵਾਲੇ ਤੁਸੀਂ ਹੋ ਬਾਲੀਵੁੱਡ ਵਾਲੇ ਜੋ ਪੁਰਾਣੇ ਸੀਗੇ ਗੈਂਗਸਟਰ ਉਹ ਤਾਂ ਮਰ ਮੁੱਕ ਕੇ ਦੁਬਾਰਾ ਫਿਲਮਾਂ ਬਣਾ ਬਣਾ ਕੇ ਬੱਚਿਆਂ ਦੇ ਹੱਥਾਂ ਦੇ ਵਿੱਚ ਹਥਿਆਰ ਕਿਹਨੇ ਫੜਾਏ ਬਾਲੀਵੁੱਡ ਨੇ ਬਾਲੀਵੁੱਡ ਦੀ ਦੇਣ ਹੈ ਮਤਲਬ ਬਾਲੀਵੁੱਡ ਨੇ ਨਸ਼ਾ ਕਰਨ ਲਾਇਆ ਬਾਲੀਵੁੱਡ ਨੇ ਨਚਾਰ ਬਣਾਏ ਬਾਲੀਵੁੱਡ ਨੇ ਗੈਂਗਸਟਰ ਪੈਦਾ ਕੀਤੇ ਤੇ ਜਦੋਂ ਉਹੀ ਮੁੰਡੇ ਜੇਲ੍ਹਾਂ ਦੇ ਵਿੱਚ ਗਏ ਫਿਰ ਜਵਾਨੀਆਂ ਰੁਲ ਗਈਆਂ ਜਿਹੜੀਆਂ ਜਵਾਨੀਆਂ ਨੇ ਝੰਡੇ ਕੱਢਣੇ ਸੀਗੇ ਕਿਸੇ ਖਿੱਤੇ ਦੇ ਵਿੱਚ ਜਾ ਕੇ ਸਪੋਰਟਸ ਜਾ ਕੇ ਜਿਨ੍ਹਾਂ ਨੇ ਸਾਇੰਟਿਸਟ ਬਣਨਾ ਸੀ ਜਿਨ੍ਹਾਂ ਨੇ ਡਾਕਟਰਸ ਬਣਨਾ ਸੀ ਜਿਨ੍ਹਾਂ ਨੇ ਇੰਜੀਨੀਅਰਸ ਬਣਨਾ ਸੀ ਰੱਬ ਜਾਣਦੇ ਯਾਰ ਉਹ ਬੱਚਿਆਂ ਦਾ ਕੀ ਭਵਿੱਖ ਹੋਣਾ ਸੀ ਲੇਕਿਨ ਇਹ ਲੋਕਾਂ ਨੇ ਉਹਨਾਂ ਦਾ ਭਵਿੱਖ ਹੀ ਲੁੱਟ ਲਿਆ ਕਿਉਂਕਿ ਸਾਨੂੰ ਸਮਝ ਹੀ ਨਹੀਂ ਆਇਆ ਇਹ ਬਹੁਤ ਦੇਰ ਦਾ ਪਲਾਨ ਚੱਲ ਰਿਹਾ ਸੀ ਜਦੋਂ ਮੁਲਕ ਆਜ਼ਾਦ ਹੋਇਆ ਸੀ ਉਦੋਂ ਦੀ ਉਹ ਪਲੈਨਿੰਗ ਸੀ ਤਾਂ ਅੱਜ ਮੈਂ ਸਵਾਲ ਕਰਦਾ ਭਾਈ ਇਹ ਉਹੀ ਹੈ ਨਾ ਭਾਰਤੀ ਇਹ ਜਦੋਂ ਭਾਰਤੀ ਰਵੀਨਾ ਟੰਡਨ ਅਤੇ ਇੱਕ ਹੋਰ ਸੀ ਇਹਨਾਂ ਦਾ ਨਾਲ ਫਰਾਹ ਖਾਨ ਇਹ ਧਰਮ ਦੇ ਬਾਰੇ ਵੀ ਮਾੜਾ ਬੋਲੇ ਸੀ ਇਹ ਮਸੀਹਾਂ ਬਾਰੇ ਵੀ ਮਾੜਾ ਬੋਲੇ ਸੀ ਮਤਲਬ ਇਹ ਲੋਕੀ ਇੰਨਾ ਖੁੱਲ੍ਹ ਗਏ ਇਹਨਾਂ ਲੋਕਾਂ ਦੇ ਕੋਲ ਇੰਨੀ ਪਾਵਰ ਹੈ ਵੀ ਅੱਜ ਇਹਨਾਂ ਨੂੰ ਕੋਈ ਕੁਛ ਕਹਿਣ ਵਾਲਾ ਨਹੀਂ ਵੀਰੇ ਅਤੇ ਸਾਡੇ ਵਰਗਾ ਜੇ ਗਰੀਬ ਬੰਦਾ ਹੈ ਨਾ ਕਿਤੇ ਫਸ ਜੇ ਕਿਤੇ ਰਗੜਿਆ ਜਾਵੇ ਉਹਨੂੰ ਨਹੀਂ ਸਰਕਾਰ ਛੱਡੂ ਉਹਨੂੰ ਛੱਡਦੀ ਨਹੀਂ ਹੈਗੀ ਸਰਕਾਰ ਮੇਰੀ ਹੱਥ ਜੋੜ ਬੇਨਤੀ ਹੈ ਬਾਈ ਜੀ ਇਸ ਸ਼ੜਯੰਤਰ ਨੂੰ ਸਮਝ ਜਿਓ ਆਉਣ ਵਾਲਾ ਟਾਈਮ ਜੇ ਹੋਰ ਮਾਹੌਲ ਖਰਾਬ ਹੋਊਗਾ ਨਾ ਇਹ ਲੋਕੀ ਇੰਨਾ ਕੁ ਨਸ਼ਾ ਕਰ ਦੇਣਗੇ ਵੀ ਤੁਸੀਂ ਲੋਕ ਸੋਚ ਨਹੀਂ ਸਕਦੇ ਬਾਈ ਜੀ ਪਾਕਿਸਤਾਨ ਦਾ ਨਸ਼ਾ ਚੱਲਦਾ ਸੀ ਮਹਾਰਾਸ਼ਟਰ ਜਾ ਕੇ ਬੰਬੇ ਜਾ ਕੇ ਇਹਨਾਂ ਦੀ ਇੰਡਸਟਰੀ ਦੇ ਵਿੱਚ ਜਾ ਕੇ ਨਸ਼ਾ ਉਤਰਦਾ ਸੀ ਨਸ਼ਾ ਇਹਨਾਂ ਨੂੰ ਚਾਹੀਦਾ ਸੀ ਰਾਹ ਦੇ ਵਿੱਚ ਜਿਹੜੇ ਮੁੰਡੇ ਸਪਲਾਈ ਕਰਦੇ ਗਏ ਉਹ ਸਿਰਫ ਗਰੀਬ ਘਰਾਂ ਦੇ ਵਿੱਚੋਂ ਸੀ ਉਹਨਾਂ ਦੇ
फाइनैशियली वीक सी, लालच दे विच आके उन्होंने बेचारे ने नशे नू सप्लाई किया, सप्लाई करते करते बेचारे आप आदि हो गए। अज हाल की है यार, उहदा तुहानू पता पंजाब हरियाणा हिमाचल राजस्थान किन्ने हद तक मुंडे कुड़ियां नशे करन लग गए। तुसीं किहड़ियां जंगां दीआं गल्लां करदे हो? सब तो वड्डी जरना हिंदुस्तान नू आ बालीवुड लग्या होया। पर प्राइम मिनिस्टर साहब मैं तुहानू इक बेनती कर देनी चाहुंदा, जिद्दण कितें जंग लग गई ना, रब ना करे चाइना चढ़ के आ गया, रब ना करे पाकिस्तान चढ़ के आ गया, असाल्ट फड़ायो तुहाडे संजय राउत दे हाथ दे विच, फिर असीं देखांगे वी ओह किड्डा क वड्डा सूरवीर आ। एक के 76 दा जिहड़े बंदे दे उपर परचा रहा होवे, ड्रग्स दा एडिक्ट रहा होवे, है ना, तुसीं ओह लोकां दे उपर दौरो फिल्मां बना बना के छवियां सही कर रहे हो। कि असीं समझदे नहीं? असीं सारे षड्यंत्र समझदे हाँ। साडे बच्चों नूं अट्रैक्ट करन वाले तुसीं हो, तुसीं इक अट्रैक्शन दा प्रोग्राम दे रहे हो वी साडे बच्चे तुहानूं देखण। अपना इतिहास असीं भुल जाइए। आ मैं पंजाबियों अगे वीरे पक्ष रखना चाहुंदा सीगा, एक शब्द भी जो मैं लगता ना थोड़ा मैं गलत बोलिया होव तो मैं कमेंट सैक्शन च आकर वीरे जरूर ताड़ दौ। भारती के घरों नशा फड़िया गया तो उड़दा पंजाब साडा हो गया। मैं एक सवाल करना चाहना पूरे दे पूरे हिंदुस्तान नू भी, अज भारती के उपर क्यों नहीं एक्शन हो रहा? साडे पंजाब के किन्ने ही मुंडे जेलां कट रहे ने। NDPS एक्ट नारकोटिक्स की जी धारा है वो अधीन साढ़े किन्ने ही मुंडे जेलों के रुल रहे हैं। असी नशा मंगन नहीं गए कभी गवांढी मुल्कों तो, असी नहीं कभी पाकिस्तान नूं आख्या भी उरे नशा भेज। सानू भुख कादी सी? सानू रुजगार दी भुख सी। सानू भुख कादी सी? सानू शरीर बनाउण दी भुख सी। हैं, साडा इतिहास पढ़ के देख लो, चाहे वह सारा गढ़ी की लड़ाई होवे, चाहे वह 1971 की लड़ाई होवे, चाहे कोई भी लड़ाई होवे, सानू सिर्फ दो चीज़ों की भुख सी, एक सिर्फ रुजगार की, एक शरीर नूं बल बल देण दी भुख। लेकिन एक षड्यंत्र के तहत यह बालीवुड वालिया ने पाकिस्तान तो ये लोग ने, ये लोगों ने नशा मंगाया ना। नशे की पूर्ति कितने सब तो वध होंदी है? करोड़ों रुपए की हैरोइन कितने मंगाई जाती है? बालीवुड के पुरानिया चक के भीरे कढ लो, जेडे उत्थे दे कमिश्नर रहे ने, राकेश मारिया साहब कमिश्नर रहे ने, बड़े वधिया कमिश्नर रहे ने। मैं पढ़ता रहा उन्हां बारे, देखो किन्ना किन्ना नशा उन्होंने फड़िया, किहड़े किहड़े लोगों को फड़िया। ये तो सिर्फ ये कुछ क लोग ने जिहड़े अगे आ गए, इन्हां दे पिछे वड्डे वड्डे चेहरे बैठे ने, ये लोकी देन ने। जे अज मैं उंगलों के उपर गणावा ना, उंगलों के उपर गणावा कि बालीवुड एक्टर नशा कर रहा, कोई विरला रह जूगा, इक्की दुखी रह जाएंगे जे बचे होंगे ड्रग्स तो। सानू तुसी कहने यार उड़ता पंजाब। भाई जी जदों कभी लड़ाई होंगी है ना, तो सब तो पहला पंजाब अगे खड़ता, असी इन्हों सिक्योर करते हैं। साढ़े जोड़े फाजी वीर ने ना बैठे ने बार्डर के उत्ते, जे वह जागते ने तो यह बालीवुड वाले, तो यह बालीवुड वाले रेव पार्टियां करते हैं, नंगे हो के नचते ने। ये गल कहने मैं कोई शर्म नहीं है, क्योंकि इन लोगों की बदौलत साडिया धिया भैन अज टिकटॉक के उपर नचार बनिया हुई ने, जिन्होंने अपना सभ्याचार बचा के रखना सी ना, वह सभ्याचार लटाने वाले सब तो वड्डा बालीवुड है। एक मैं महाराष्ट्र वाले का भुलेखा दूर करदा, भाई जी जिहड़े तुसीं महाराष्ट्र वाले मेरे वीर हो, असी मैं थोड़ा बहुत, मैं थोड़े तो बहुत प्रभावित हाँ। तुहाडा इतिहास पढ़ के झांसी की राणी तांतियां टोपे सारे का इतिहास मैं पढ़िया, जिन्ने सूरबीर योधे हुए ने सारे तो मैं बहुत प्रभावित हाँ। पर तुसीं एक गल देखो भी बालीवुड ने थोनू की दिता यार, कि इंटरनेशनल लैवल की फिल्म बनी है तुहाडे सूरबीर योधे के उपर? मैनू कोई एक सिंगल बंदा कमेंट करके दस दिओ नहीं बनी। कारण की है वीर जी? बालीवुड ने आके तुहानू दब लिता गया, फिल्मां कहिजिया बन रही ने, शूट आउट लोखंड वाला, शूट आउट बडाला, यार असी ने इन्हों तो की लेना सी? गैंगस्टर लाइफ नू पैदा करन वाले तुसी हो बालीवुड वाले, जो पुराने सीगे गैंगस्टर वह तो मर मुक गए, दुबारों फिल्मां बना बना के बच्चों के हत्थों के हथियार कि ने फड़ाए? बालीवुड ने। बालीवुड की देन है, मतलब बालीवुड ने नशा करन लाया, बालीवुड ने नचार बनाए, बालीवुड ने गैंगस्टर पैदा किए। तो जदों उही मुंडे जेलां दे विच गए फिर जवानियां रुल गईयां, जिहड़ियां जवानियां ने झंडे कढ़ने सीगे किसी खिते दे विच जाके, स्पोर्ट्स जाके, जिन्होंने साइंटिस्ट बनना सी, जिन्होंने डॉक्टर्स बनना सी, जिन्होंने इंजीनियर्स बनना सी, रब जानदे यार वह बच्चों का की भविष्य होना सी। लेकिन ये लोगों ने उन्होंने भविष्य ही लुट लिया, क्योंकि सानू समझ ही नहीं आया ये बहुत देर का प्लैन चल रहा सी। जदों मुल्क आजाद होया सी उदों दी प्लैनिंग सी। अज मैं सवाल करदा भाई, ये उही है ना भारती? यह जदों भारती रवीना टंडन एक होर सी इन्हां दे नाल फराह खान, ये धर्म के बारे भी माड़ा बोले सी, ये मसीहा बारे भी माड़ा बोले सी, मतलब ये लोग इन्ना खुल गए, इन्हां लोगों के कोल इन्नी पावर है भी अज इन्हां नूं कोई कुछ कहने वाला नहीं वीरे। तो साढ़े वर्गा जो गरीब बंदा है ना कितें फस जाए, कि रगड़ा जाए, उन्हूं नहीं सरकार छड्डू, उन्हूं छड़दी नहीं हैगी सरकार। मेरी हाथ जोड़ बेनती है भाई जी, इस षड्यंत्र नूं समझ जो, आने वाला टाइम जो होर माहौल खराब होगा ना, ये लोग इन्ना क नशा कर देंगे भी तुसीं लोग सोच नहीं सकते। भाई जी पाकिस्तान तो नशा चलता सी,
महाराष्ट्र जाके बंबे जाके इन्हां दी इंडस्ट्री दे विच जाके नशा उतरदा सी, नशा इन्हां नूं चाहीदा सी। राह दे विच जिहड़े मुंडे सप्लाई करदे गए वह सिर्फ गरीब घरां दे विचों सी, उन्हां दे फाइनैंशियली वीक सी, लालच दे विच आके उन्होंने बेचारे ने नशे नूं सप्लाई किया। सप्लाई करते करते बेचारे आप आदि हो गए। अज हाल की है यार, उहदा तां तुहानूं पता पंजाब हरियाणा हिमाचल राजस्थान किन्ने हद तक मुंडे कुड़ियां नशे करन लग गए। तुसीं किहड़ियां जंगां दीआं गल्लां करदे हो? सब तो वड्डी जरना हिंदुस्तान नूं आ बालीवुड लग्गिया होया। पर प्राइम मिनिस्टर साहब, मैं तुहानूं इक बेनती कर देनी चाहुंदा, जिद्दण कितें जंग लग गई ना, रब ना करे चाइना चढ़ के आ गया, रब ना करे पाकिस्तान चढ़ के आ गया, असाल्ट फड़ायो तुहाडे संजय दत्त दे हत्थ दे विच, फिर असीं देखांगे वी उह किड्डा क वड्डा सूरवीर आ। एके 76 दा जिहड़े बंदे दे उपर परचा रहा होवे, ड्रग्स दा एडिक्ट रहा होवे, है ना, तुसीं उह लोकां दे उपर दौरो फिल्मां बना बना के छवियां सही कर रहे हो कि असीं समझदे नहीं? असीं सारे षड्यंत्र समझदे हाँ। साडे बच्चों अट्रैक्ट करने वाले तुसीं हो, तुसीं इक अट्रैक्शन का प्रोग्राम दे रहे हो वी साडे बच्चे तुहानूं देखण। अपना इतिहास असीं भुल जाइए। आ मैं पंजाबियों अगे वीरे पक्ष रखना चाहुंदा सीगा, एक शब्द भी जो मैं लगता ना थोड़ा मैं गलत बोलिया होवां तो मैं कमेंट सैक्शन च आके वीरे जरूर ताड़ दिओ। वाहेगुरू जी का खालसा, वाहेगुरू जी की फतेह।